अस्सलाम वालेकुम, की हाल चाल है जी सारिया का। ठीक ठाक हो, खुश हो। मैं ताड़ा अपना भाई अली ताहिर हाजिर एक नई वीडियो के नाल। हाले तक जिन्होंने साडे चैनल नूं सबसक्राइब नहीं किया वो सबसक्राइब कर लवो। अल्लाह पाक तुहानूं सारे नूं खुश रखे ते आबाद रखे ते अज्ज दी वीडियो नूं करदे हां जी स्टार्ट। ते अज्ज जी सनी भाई इत्थे जिहड़ा ना अपने मुर्गियां वास्ते एक मखसूस चीज़ तैयार कर रहे ने। ਉਹ ਤੁਸੀਂ ਜਿਹੜਾ ਨਾ ਉਹਨੂੰ ਇਹਨਾਂ ਦੇ ਦੇਸੀ ਘਿਓ ਹੀ ਸਮਝ ਲਓ। ਉਹਦੇ ਨਾਲ ਉਹ ਚੂਜ਼ਿਆਂ ਦੀ ਖੁਰਾਕ ਹੈ। ਜਿਹੜੇ ਛੋਟੇ ਚੂਜ਼ੇ ਨੇ ਨਾ ਉਹ ਬਹੁਤ ਅੱਛੀ ਗਰੋਥ ਕਰਦੇ ਨੇ, ਅਤੇ ਜਿਨ੍ਹਾਂ ਨੇ ਚੂਜ਼ੇ ਵਗੈਰਾ ਰੱਖੇ ਨੇ ਉਹ ਇਸ ਤਰੀਕੇ 'ਤੇ ਅਮਲ ਕਰੋ। ਇਹ ਚੀਜ਼ ਬਣਾਓ, ਹੈ ਤਾਂ ਗੰਦ ਹੀ ਹੈ ਵੈਸੇ, ਲੇਕਿਨ ਇਹ ਚੂਜ਼ਿਆਂ ਵਾਸਤੇ ਮੁਰਗੀਆਂ ਵਾਸਤੇ ਜਿਹੜਾ ਨਾ ਬੜੀ ਅੱਛੀ ਚੀਜ਼ ਹੈ। ਅਤੇ ਇਹ ਦੇਖੋ ਜ਼ਰਾ ਸਨੀ ਬਾਈ ਕੀ ਬਣਾ ਰਿਹਾ ਉਹ ਦੱਸਿਆ ਜੀ, ਜ਼ਰਾ ਦੱਸੋ ਇੱਧਰ ਕੀ ਕਰ ਰਿਹਾ ਉਹ, ਇੱਧਰ ਵੀ ਦੱਸੋ खल पाई चोकर पा रहे ने। ਇਹਨੂੰ ਜਿਹੜਾ ਨਾ ਅਸੀਂ ਤਕਰੀਬਨ ਕੋਈ 4 ਕੁ ਦਿਨ ਜਿਹੜਾ ਨਾ ਭਿਓ ਕੇ ਰੱਖ ਦੇਵਾਂਗੇ। ਇਹਦੀ ਜਿਹੜੀ ਸਮੈਲ ਹੋਣੀ ਹੈ ਉਹ ਐਂ ਦੀ ਹੋਣੀ ਹੈ ਕਿ 4-4 ਮਹੱਲੇ ਇਹਨਾਂ ਤੁਹਾਨੂੰ ਦੱਸਣਗੇ ਭਾਈ ਤੁਸੀਂ ਕਿਹੜੀ ਸ਼ੈ ਬਣਾ ਰਹੇ ਹੋ, ਕਿਹੜਾ ਕੁਸ਼ਤਾ ਬਣਾ ਜਿਹੜੀ ਇੰਨੀ ਸਮੈਲ ਆ ਰਹੀ ਹੈ। ਕੁੱਕਰ ਤੇ ਖਲ ਹੋ ਗਈ ਜੀ ਮਿਕਸ, ਇਹਦੇ ਵਿੱਚ ਨੂੰ ਪਾ ਦਿੱਤਾ ਪਾਣੀ। ਇਹਨੂੰ ਕਿੰਨੇ ਦਿਨ ਰੱਖਣਾ ਸਨੀ ਭਾਈ, ਜਰਾ ਨਾਲ ਦੱਸੋ ਵੀ ਨਾ ਕੋਈ। ਤਕਰੀਬਨ 4 ਦਿਨ ਰਹਿਣਾ ਇਹਨੂੰ ਖੁੱਲੀ ਥਾਂ ਤੇ, ਮਤਲਬ ਇੰਨੀ ਖੁੱਲੀ ਜਗ੍ਹਾ ਤੇ, ਮਤਲਬ ਕਿ ਆਪਣੀ ਪਹੁੰਚ ਸਾਰੇ ਦੂਰ ਹੋਵੇ, ਸਮੈਲ ਸਮੁੱਲ ਨਾ ਇੰਨੀ ਆਵੇ ਇੱਕ ਗੱਲ। ਦੂਜੀ ਗੱਲ ਉਹ ਸਾਂਤ ਰੱਖਣਾ, ਇਹਨੂੰ ਢੱਕ ਕੇ ਨਹੀਂ ਰੱਖਣਾ ਹੈ, ਜਦੋਂ ਮੱਖੀਆਂ ਮੁੱਖੀਆਂ ਬਹਿਣ ਜ਼ਰਾ ਮੱਖੀ ਆਪਣਾ ਸਰਵਾਨ ਗਿਆ ਜਿੰਨਾ ਕੋ ਉਹ ਸਰਵਾਨ ਗਿਆ ਉਹਨੇ ਕੋ ਇੱਥੇ ਸੁੰਡੀਆਂ ਵਿੱਚ ਬਣ ਗਈਆਂ ਤੇ ਚੂਜ਼ੇ ਖਾ ਕੇ ਮੋਟੇ ਹੋ ਜਾਣਗੇ। ਤੇ ਇਨਸ਼ਾਅੱਲਾ ਹੁਣ ਅਜ਼ੀਜ਼ ਜਦੋਂ ਬਣ ਜਾਣਗੇ ਉਦੋਂ ਵੀ ਤੁਹਾਨੂੰ ਵਲੌਗ ਬਣਾ ਕੇ ਨਾ ਵਹਾਵਾਂਗੇ, ਤੁਸੀਂ ਇਹ ਵੇਖੋਗੇ ਤੇ ਫਿਰ ਵਹਾਵਾਂਗੇ ਤੇ ਸਿੰਡੀਆਂ ਵਹਾ ਰਹੀਆਂ ਹੈ। ਆਹੋ ਦਾਬੜੇ ਨੂੰ ਉਹ ਅੰਦਰ ਰੱਖਾਂਗੇ ਜੀ ਆਪਣੀ ਪਹੁੰਚ ਤੋਂ ਦੂਰ, ਜਿੱਥੇ ਸਿਰਫ ਇਹਦੀ ਸਮੈਲ ਕੈਂਡੀ ਸੁੰਗੇ, ਹੋਰ ਕੋਈ ਬੰਦਾ ਨੇ ਦੇਖਿਓਗੇ ਇੱਥੇ ਕੈਂਡੀ ਬੰਨੀ ਹੁੰਦੀ ਹੈ। ਇਹ ਦਾਬੜਾ ਰੱਖ ਦਿੱਤਾ ਹੈ ਤੇ ਇਹਦੀ ਸਮੈਲ ਸਿਰਫ ਕੈਂਡੀ ਨੂੰ ਹੀ ਆਏਗੀ। ਮੈਂ ਸਨੀ ਭਾਈ ਨੂੰ ਕਹਿੰਦਾ ਵਾ ਜੀ ਤੁਹਾਨੂੰ ਇਹਦੇ ਫਾਇਲ ਵੀ ਦੱਸਣ, ਕਿਉਂਕਿ ਮੈਨੂੰ ਇਹਦੇ ਬਾਰੇ ਇੰਨਾ ਨਹੀਂ ਪਤਾ ਸਿਰਫ ਮੈਨੂੰ ਇਹਦਾ ਮੈਂ ਚਾਹ ਰਿਹਾ ਸਾਂ ਵੇਖਾਂ ਤੇ ਸਹੀ ਕਿੰਜ ਬਣਦੀਆਂ ਨੇ, ਮੈਂ ਤਾਂ ਇਹਨਾਂ ਦੇ ਮਗਰ ਚੜਿਆ ਸਕਿਆ ਬਣਾਓ। ਤੇ ਮੈਂ ਸਨੀ ਭਾਈ ਨੂੰ ਕਹਿੰਦਾ ਵਾ ਇਹਨਾਂ ਦੀ ਗੁਜ਼ਾਰਿਸ਼ ਦੇ ਵਿੱਚ ਅਰਜ਼ ਕਰਨਾ ਵਾ, ਓਹੋ ਇਹਨਾਂ ਦੀ ਗੁਜ਼ਾਰਿਸ਼ ਦੇ ਵਿੱਚ ਅਰਜ਼ ਕਰਨਾ ਵਾ। ਇਹ ਕੀ ਹੋ ਗਿਆ, ਹੁੰਦਾ ਰਹਿੰਦਾ ਹੁੰਦਾ ਰਹਿੰਦਾ। ਚਲੋ ਇਹਨਾਂ ਨੂੰ ਗੁਜ਼ਾਰਿਸ਼ ਕਰਨਾ ਵਾ ਕਿ ਦੱਸਣ ਜ਼ਰਾ ਇਹਦੇ ਫਾਇਦੇ ਬਿਆਨ ਕਰਨ, ਕਿ ਜਿਨ੍ਹਾਂ ਨੇ ਮੁਰਗੇ ਰੱਖੇ ਨੇ, ਜਿਨ੍ਹਾਂ ਦੇ ਚੂਜ਼ੇ ਵਗੈਰਾ ਸਹੀ ਗਰੋਥ ਨਹੀਂ ਕਰਦੇ ਆ ਕੋਈ ਚੀਜ਼ ਤੇ ਅਮਲ ਕਰਨ, ਤੇ ਵੇਖਿਆ ਜੇ ਫਿਰ ਦੁਆ ਵੀ ਦੇ ਆ ਜੇ ਤੇ ਅਗੰਦ ਬਣਾਇਆ ਵੀ ਲਾਜ਼ਮੀ। ਹਾਂਜੀ ਸਨੀ ਬਾਈ ਜੀ, ਭਾਈ ਦੱਸੋ ਫਾਇਦੇ ਕਿਵੇਂ, ਆਕੜ ਕੇ ਖਲੋ ਗਿਆ ਉਹ ਜੀ ਭਾਈ। ਇਹ ਸਮਝ ਲਓ ਕਿ ਪ੍ਰੋਟੀਨ ਹੈ ਤੇ ਕੀਮਾ ਸ਼ੀਮਾ ਜਿਹੜਾ ਉਹ ਬੜਾ ਮਹਿੰਗਾ ਹੈ, ਕੀਮੇ 'ਚ ਵੀ ਪ੍ਰੋਟੀਨ ਹਰ ਗੋਸ਼ਤ ਦੇ ਵਿੱਚ ਤਕਰੀਬਨ ਪ੍ਰੋਟੀਨ ਹੁੰਦੀ ਹੈ, ਤੇ ਲਿਹਾਜ਼ਾ ਇਹਦੇ ਵਿੱਚ ਜ਼ਰਾ ਐਕਸਟਰਾ ਪ੍ਰੋਟੀਨ ਹੈ, ਐਕਸਟਰਾ ਮਾਇਓਨੀਜ਼ ਪਾ ਕੇ ਨਹੀਂ ਹੁੰਦਾ ਹੈ ਉਹ ਸਾਗ ਤਾਵੇ ਦਾ, ਤੇ ਤੁਸੀਂ ਲੋਕ ਬਣਾਓ ਇਹਨੂੰ। ਵੈਸੇ ਮੇਰੀ ਨਾ ਸਨੀ ਭਾਈ ਦੇ ਅੱਗੇ ਵੀ ਗੁਜ਼ਾਰਿਸ਼, ਇਹਨਾਂ ਨੂੰ ਵੀ ਐਕਸਟਰਾ ਪ੍ਰੋਟੀਨ ਦੀ ਜ਼ਰੂਰਤ, ਇੱਕ ਪਿਆਲੀ ਰੋਜ਼ ਦੀ ਯਾਦ ਵੀ ਹੈ ਖਾਨ ਕਰਨ ਦੀ, ਠੀਕ ਹੈ। ਇਹਦੇ ਵੱਲ ਕੈਮਰਾ ਕਰੋ ਭਾਈ, ਇਸ ਬੰਦੇ ਨੂੰ ਮੇਰੇ ਤੋਂ ਬਹੁਤੀ ਲੋੜ ਛੇ। ਨਹੀਂ ਨਹੀਂ ਤਾਂ ਪ੍ਰੋਟੀਨ ਤੁਸੀਂ ਚੂਜ਼ਿਆਂ ਨੂੰ ਦੇ ਰਹੇ ਹੋ, ਆਪਣੇ ਨੂੰ ਤੁਹਾਨੂੰ ਖੁਦ ਪ੍ਰੋਟੀਨ ਦੀ ਜ਼ਰੂਰਤ ਹੈ। ਚੈੱਕ ਕਰੋ ਨਾ ਜ਼ਰਾ ਡੋਲਾ, ਚੈੱਕ ਕਰੋ ਤੇ ਮੇਰੇ ਦਾਦੇ ਦਾ ਜਾਈਂਦੇ। ਤੇ ਸਾਡੇ ਕੋਲ ਜੀ ਇੱਥੇ ਤਕਰੀਬਨ ਕੋਈ 2 ਦਿਨ ਤੋਂ ਨਾ ਮੌਸਮ ਬੜਾ ਹੈਵੀ ਹੋਇਆ ਆ। ਦੇਖੋ ਅੱਜ ਵੀ ਸਾਰਾ ਦਿਨ ਤਕਰੀਬਨ ਬਾਰਿਸ਼ ਹੁੰਦੀ ਰਹੀ ਹੈ, ਹੁਣ ਵੀ ਮੌਸਮ ਜਿਹੜਾ ਨਾ ਬੱਦਲ ਛੱਦਲ ਆਏ ਨੇ, ਤੇ ਇਹ ਨਹੀਂ ਕਿਉਂਕਿ ਤੇਜ਼ ਬਾਰਿਸ਼ ਸਾਰਾ ਦਿਨ ਹੀ ਅੱਜ ਬਾਰਿਸ਼ ਰਹੀ ਹੈ, ਲੇਕਿਨ ਬਿਲਕੁਲ ਹਲਕੀ ਰਹੀ ਹੈ, ਜਿਹਦੇ ਵਜ੍ਹਾ ਤੋਂ ਸਾਡੇ ਜਾਨਵਰ ਬੜੇ ਖੁਸ਼ਬਾਸ਼ ਹੈਪੀ ਰਹੇ ਨੇ। ਜਾਨਵਰ ਤੇ ਹੈਪੀ ਰਹਿੰਦੇ ਨੇ, ਲੇਕਿਨ ਸਾਡੇ ਵਾਸਤੇ ਮਸਲਾ ਬਣਾ ਦਿੰਦੇ ਥੋੜਾ ਜਿਹਾ, ਜਦੋਂ ਜਾਨਵਰਾਂ ਨੇ ਅੰਦਰ ਰਹਿਣਾ ਨੇ ਗੰਦ ਜ਼ਿਆਦਾ ਪਾਣਾ, ਫਿਰ ਸਾਨੂੰ ਸਫਾਈ ਕਰਨੀ ਪੈਣੀ ਹੈ। ਤੇ ਸਭ ਤੋਂ ਪਹਿਲਾਂ ਜਿਹੜਾ ਨਾ ਜੀ ਜਾਨਵਰਾਂ ਨੂੰ ਕੱਢੀਏ ਬਾਹਰ, ਇੱਧਰ ਵਾਲੇ ਜਾਨਵਰਾਂ ਨੂੰ ਇੱਧਰ ਸ਼ਿਫਟ ਕਰੀਏ, ਛਤਰਿਆਂ ਨੂੰ ਬਾਹਰ ਬੰਨੀ, ਕਿਉਂਕਿ ਛਤਰਿਆਂ ਨੂੰ ਨਹੀਂ ਅਸੀਂ ਖੁੱਲ੍ਹਿਆਂ ਛੱਡ ਸਕਦੇ। ਇਹ ਬੜੀ ਜ਼ਾਲਮ ਕੌਮ ਹੈ, ਅੱਲਾ ਮਾਫ ਕਰੇ ਗਲਤੀ ਨਾਲ ਵੀ ਖੁੱਲ੍ਹ ਜਾਂਦਾ ਤੇ ਲੜ ਲੜ ਕੇ ਬੁਰਾ ਹਾਲ ਕਰ ਲੈਂਦੇ ਨੇ। ਬਾਕੀ ਜਾਨਵਰਾਂ ਨੇ ਜਿਹੜੇ ਨੇ ਇੰਜੋਏ ਕੀਤਾ ਸੋ ਕੀਤਾ, ਲੇਕਿਨ ਇਹਨੇ ਬੜਾ ਇੰਜੋਏ ਕੀਤਾ ਜੀ ਅੱਜ। ਇਹ ਵੇਖੋ ਅੱਜ ਸ਼ਕਲੋਂ ਵੀ ਸਹੀ ਲੱਗਦੀ ਹੈ ਭਾਈ, ਨਹੀਂ ਤੇ ਹਾਂ ਭਾਂਪ ਕੇ ਇਹਨੇ ਮੂੰਹ ਐਡਾ ਖੋਲਿਆ ਹੁੰਦਾ। ਇਹ ਸਾਰਾ ਦਿਨ ਅੱਜ ਬਾਰਿਸ਼ ਨਹਾਤੀ ਜੀ ਇੱਥੇ ਬੈਠ ਕੇ ਬਾਹਰ, ਹਾਲੇ ਵੀ ਦੇਖੋ ਪਾਣੀ ਵਗੈਰਾ ਖੜਾ ਹੈ, ਤੇ ਇਹਨੂੰ ਮੈਂ ਅੰਦਰ ਕੋਈ ਨਹੀਂ ਅੱਜ ਬੰਨਿਆ ਹੈਗਾ, ਮੈਂ ਕਿਹਾ ਜੀ ਤੇਰੀ ਗਰਮੀ ਫੁੱਲ ਮਰਨੀ ਚਾਹੀਦੀ ਹੈ, ਤੇ ਇਹਨੇ ਫੁੱਲ ਇੰਜੋਏ ਕੀਤਾ ਅੱਜ ਬਾਰਿਸ਼ ਦੇ ਵਿੱਚ। ਅਸੀਂ ਜਿਹੜੇ ਕੱਲ੍ਹ 2 ਚਿੜੀ ਦੇ ਬੱਚੇ ਪਕੜੇ ਸਨ, ਜਿਨ੍ਹਾਂ ਨੂੰ ਅਸੀਂ ਸੋਚਿਆ ਸੀ ਕਿ ਇਹਨਾਂ ਨੂੰ ਅਸੀਂ ਪਾਲਾਂਗੇ, ਲੇਕਿਨ ਉਹ ਸਾਡੇ ਕੋਲ ਉਹਨਾਂ ਨੇ ਦਾਣਾ ਵਗੈਰਾ ਨਹੀਂ ਲਿਆ, ਅਸੀਂ ਆਜ਼ਾਦ ਕਰ ਦਿੱਤੇ ਸਨ। ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਨਾ ਇੱਥੇ ਬੈਠਾ ਸੀ ਉੱਪਰ, ਤੇ ਇੱਥੋਂ ਗਿਰਿਆ ਉਹ ਨੀਚੇ, ਨੀਚੇ ਪਿਆ ਸੀ ਪਾਣੀ, ਉਹ ਹਲੇ ਵੀ ਪਿਆ, ਉਹਦੇ ਵਿੱਚ ਗਿਰ ਕੇ ਨਾ ਤੇ ਉਹਦੀ ਡੈਥ ਹੋ ਗਈ ਹੈ। ਤੇ ਜਿਹੜਾ ਇੱਕ ਬੱਚਾ ਨਾ ਉਹ ਇੱਥੇ ਕਿਤੇ ਘੁੰਮਦਾ ਪਿਆ, ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਵਾ, ਉਹ ਉੱਪਰ ਬੈਠਾ ਹੈ, ਉਹ ਦੇਖੋ ਇਹ ਦੇਖੋ ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾਉਣਾ, ਇਹ ਬੈਠਾ ਹੈ, ਇਹ ਅੱਲਾ ਦਾ ਸ਼ੁਕਰ ਹੈ ਕਿ ਠੀਕ ਹੈ। ਮੋਤਰਮਾ ਉੱਧਰ ਜਾਣਾ, ਅੰਦਰ 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 ਅੰਦਰ, ਚਲੋ 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 ਚਲੋ, ਉਹ ਇੱਧਰ ਨਾ ਆਇਆ ਜੀ, ਅੰਡੇ ਨਾ ਤੋੜਿਆ ਜੀ, ਅੰਦਰ ਚਲੋ ਅੰਦਰ, ਸ਼ਾਬਾਸ਼ ਹੈ, ਅੱਛੇ ਬੱਚੇ। ਮੁਗਲ ਸਾਹਿਬ ਇੱਧਰ ਵਾੜੋ ਇਹਨਾਂ ਨੂੰ, ਉਹ ਇੱਕ ਭੱਜ ਗਈ ਜੀ, ਇੱਧਰ ਵਾਲੇ ਜਾਨਵਰ ਆ ਗਏ ਨੇ ਜੀ। ਇੱਧਰ ਤੇ ਬਾਕੀ ਪਾਣੀ ਸ਼ਾਣੀ ਚੈੱਕ ਕਰੋ, ਤਰੁੰਕਣ ਦੀ ਕੋਈ ਜ਼ਰੂਰਤ ਨਹੀਂ, ਬਾਰਿਸ਼ ਨੇ ਸਾਰਾ ਤਰੁੰਕਾ ਸ਼ਰੁੰਕਾ ਲਾਇਆ ਹੈ, ਅਤੇ ਜਾਨਵਰ ਬਹੁਤ ਹੈਪੀ ਅਤੇ ਮੈਂ ਨਾ ਖੁਸ਼ ਨਜ਼ਰ ਆਉਂਦੇ ਨੇ।
भाई साहब मैनू तो डर लगता छतरिया तो क्योंकि टक्कर मार के 2 फुट दूर सुटते हैं तो इन्हों मुगल ही खोलेगा मैं नहीं इन्हों खोलता है छतरिया ने इन्हों बीप साहब खोल देने बीप साहब साढ़े इतने है को नहीं बकरी भेजी सी फैसलाबाद अज वापस आते हैं बीप साहब लैन गए हैं जिस वास्ते छतरे वगैरह सानू कढ़ने पैन दें तो बकरी वापस आ जाते गई इतों ही तुम देखी सी लेकिन तुम भुल गई होगी आँधी तुम बकरी भी दिखाने क्या बकरी अगे नो कमजोर हो मोटी हो लवे बकरी फिर तुम दिखाने भी हैं दसने भी बाजी की हाल चाल है ठीक ठाक हो लोगों के घर झातियां नहीं मारी दियां थले उतरो मैं आ मुगल आंदे आ मजा बन बन जल्दी कर मैं नहीं इन्हों हथ लाना है भाई ये मेरे तो डाडे ने यह लै गया मुगल धरू के एक छतरा बनन दे विच ते मुगल हो गया कामयाब मैं वेखो ने हद दे विच सोटी फड़ ली जिहड़ा मेरे वल लाया आहो तो यह दोवें छतरे कह ला तो जो छतरे ना थोड़े जे एडे अग्रैसिव नहीं है ये जरा ना ये तो मौका लभदा बंदा चुकन का और वेखो उधर बंदा गया है तो थोड़ी जी जगह उतों ही मगर जान दिया है तो इनू बहर क्ढन के मुगल की हैल्प जरूर करा देखो जी बहर लिया लिया कार्रवाई शुरू हो गई है उन्होंने आंदे सार दड़ा वाली टक्कर मारी जी मैं रिकॉर्ड नहीं कर सकिया तो लिया इन्होंने मुगल साहब इतने बनो इतने चोरी जी इन्हों की ना तो मैं सुलह का पता लगता ना मैं इन्हों की लड़ाई का पता लगता इंज इन्हों की सुलह होंगी खेलते खेलते आपस में लितरो लितरी हो जाते हैं वो छतरे लिया जी मुगल कामयाब हो गया तीसरा छतरा रह गया तो इन्हें मुगल ने ढुड मारी भी डेले देखो जरा कंज फिरे ने हैलो हैलो अंकल है यार मैनू दुनिया के सारे जानवर पसंद ने परिंदे चरिंदे दरिंदे शेर हाथी खोता खोता नहीं हर चीज पसंद है छतरे ने मैं पसंद है एक वजह है देखो जरा नीचे वेखो इन्हें की हशर किया अजे नेरा है भावे नजर ना तुम आवे मैं तुम्हें दिखाने वास्ते फ्लैश चला लिया चैक करो जरा इन्होंने नीचे की हाल किया जे इन्हों तकरीबन कोई 2 to 3 घंटे हुए ने अंदर बने तो इन्होंने वेखो की हशर कर दिता तो मुझे शुक्र है जी छतरे तिने ही बहर आ गए ने तो जिदन के छतरे आए जे ना इतने मैं अज इन्हों दूसरी बार बहर कड़ रहा वा अल्लाह झूठ ना बुलाए बाकियों कर कुर लेदा लेकिन इन नो पाई अपनी तो वा एक तो टक्कर बड़िया मार देने दूसरिया इन्हें रस्सियां वेखो कि गंदिया हुई इन्हों हाथ ला के 3 दिन हाथों से बोह कोनी जाती है भाई चलो तुम अंदर रात पै गई है नेरा होने लग गया तुम अंदर चलो 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 हूँ जोड़ा उड्डिया ना तो मैं बहर ही रहन देना जो गल याद रखी जी ए दो बड़ा तंग करते हैं जी उड जाते हैं ये वही बात हो गई जी जिसका मुझे डर था ए उड गया जी खबीस वापस आ गया थले नहीं तो मैं डकना को नहीं बहर रही है वापस आ जा थले आ जा आ जा आ जा शाबाश शाबाश एंज चल अंदर चल 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 लो जी शाबाश खलोइया आप ही जाएगा अंदर इतने चलो जी कर दो दरवाजा बंद इन्हों का तो हूँ जरा जी अपने जानवरों को पाली गंदम वगैरह फिर शाम टाइम इन्होंने वंडा करा तो चलो जी लैदा लैदा एक एक करके जानवरों की गंदम खुवाने क्योंकि डोज रखी एक हर जानवर की वो कद वो वजन वो वजूद के मुताबक तो मुगल तैयारी कर लग गए गंदम खुवाइए तो बाद च वंडा करिए वैसे गंदम असी वंडे के भी मिक्स करके दे सकते हैं लेकिन नहीं क्योंकि फिर जरा ना जानवर किसी वध मिल जाती है किसी घट मिल जाती है इस वास्ते गंदम लैदा खुवा के फिर वंडा करा ना तो हम सब तो पहले मैं अपनी खुआना वा लाडली बोसकी बकरी ने जी मेरी गल भी मानती है जिन्होंने मैं बोतल भी पियांदा वा और मेरी गल भी मानती है वह पट्ठे खा रही है बोसकी आ जा बिस्ती ना कराई आई आई आ जा पट्ठे खा रही है नहीं आएगी लगता लै गया मुगल बिस्ती करा दी सू जा लै के आसू जा मैं नहीं तेरे ना बोलता है तू बिस्ती करा दी पट्ठे खाने मसरूफ आई है साड़ी परवाह ही कोई नहीं हैगी कम चेक करो तो रहने देना बस नहीं जो चलता पैगा किसी तरीके थोड़ा जहा फासला है किसी तरीके खुलीए तो एक दूसरे को मार मार के टुडा उन्हों का बुरा हाल अपना भी कर लीए तो भी कर लीए वह भी उधरों घूमी जा रहा दरम्यान बदमाश खलोता है उधर यह बेचारा शरीफ बंदा सी क्योंकि बीमार से थोड़ा जहाँ लेकिन यह भी बदमाश हो गया है इधर आ गए जी साड़ी दूसरी बकरी तो इधर अपना खा तो आप बह गए इन्हें दरम्यान क्योंकि अपना अपना हिस्सा खान इधर उधर ना जान कम हो गया जी स्टार्ट इधर चेक करो बंदे पुत्र बनो पड़ने रस्सियां टैट कर खलोए दुध चोर दाल आंदी दुध पी जांदी तेने अपनी मां दा वाना खराब कर दिता है जिहड़ा ना दुध पी पी के लिया पी तो गई है लेकिन अंदर वाड़ो हाथ जाने भर वंडा करते हैं तो इस ब्लॉग ने करने एंड इंशाल्लाह मिलेंगे नैक्सट ब्लॉग के अपना खास ख्याल रखा जी अपने भाई ने दो इजाजत तो यार सपोर्ट भी करो यार बाकिया नहीं सपोर्ट कर रहे यार सानू ही सपोर्ट करो यार अं मेहनत करने हैं तो अपना खास ख्याल रखा जी सपोर्ट दब के करो इंशाल्लाह मिलेंगे नैक्सट वीडियो के।
अपना खास ख्याल रखा जी। अस्सलाम वालेकुम, अल्लाह हाफिज, बाय बाय।